हेलो एवरीवन, सत श्री अकाल जी। किवें हो तुसीं सारे? तां अज इक बड़ा इंट्रस्टिंग जिहा ते वधिया वैल्यूएबल टॉपिक लै के हाजिर हुई हाँ कि जिहड़ा आह बीमारियां या छोटे मोटे बुखार वायरल इनफेक्शन आ, इन्हां नूं आपां इन्ना ज़्यादा अपने माइंड ते काते लै लैंदे हाँ, क्यों इन्ना वहमां भरमां च पै जाने हाँ कि बुखार ना हो गया, जिवें पता नहीं केड़ी एड्डी डेंजर चीज़ हो गई। पुराने समयां दे विच मैं तुहानूं इक गल शेयर करती हाँ, साढ़े दादी जी कहिंदे हुंदे सीगे कि बुखार चढ़ गया ਤਾਂ ਇਹਨੂੰ ਨੱਚੋ ਟੱਪੋ ਖਾਓ ਪੀਓ ਤਾਂ ਇਹਨੂੰ ਲਾ ਦਿਓ, ਇਹਨੂੰ ਇੰਨਾ ਸੰਭਾਲ ਕੇ ਰੱਖਣ ਦੀ ਲੋੜ ਨਹੀਂ ਹੈਗੀ, ਨਹੀਂ ਤਾਂ ਇਹ ਇੱਥੇ ਹੀ ਬੈਠਾ ਰਹੂਗਾ। ਅਤੇ ਅੱਜ ਇਹਨਾਂ ਦੀ ਗੱਲ ਇਹ ਯਾਦ ਆਉਂਦੀ ਆ ਜਦੋਂ ਹਮੇਸ਼ਾ ਦੇਖੀਦਾ ਆ ਕਿ ਹਰ ਕੋਈ ਸਾਡੇ ਆਸ ਪਾਸ ਜਾਂ ਸਾਡੀਆਂ ਖੁਦ ਦੀਆਂ ਫੈਮਿਲੀਜ਼ ਦੇ ਵਿੱਚ ਕਈ ਵਾਰ ਫੀਵਰ, ਵਾਇਰਲ ਇਨਫੈਕਸ਼ਨ, ਗਲੇ ਖਰਾਬ, ਨੱਕ ਬੰਦ, ਇਹ ਸਭ ਚੀਜ਼ਾਂ ਜਦੋਂ ਹੁੰਦੀਆਂ ਤਾਂ ਫਿਰ ਇਹ ਲੱਗਦਾ ਕਿ ਹੁਣ ਉਹ ਸਮਾਂ ਕਿਉਂ ਨਹੀਂ ਰਿਹਾ ਕਿ ਆਪਾਂ ਇਹ ਕਹੀਏ ਕਿ ਬੁਖਾਰ ਵਰਗੀਆਂ ਚੀਜ਼ਾਂ ਕੁਛ ਵੀ ਨਹੀਂ ਹੈਗੀਆਂ। ਅਸਲ ਦੇ ਵਿੱਚ ਅਗਰ ਗੱਲ ਕਰੀਏ ਤਾਂ ਸਮਾਂ ਹੁਣ ਵੀ ਉਹੀ ਹੈਗਾ ਆ ਕਿ ਇਹਨੂੰ ਆਪਣੇ ਮਾਇੰਡ 'ਤੇ ਜ਼ਿਆਦਾ ਨਾ ਲੈ ਕੇ ਅਗਰ ਅਸੀਂ ਕਹੀਏ ਕਿ ਇਹ ਕੁਛ ਵੀ ਨਹੀਂ ਹੈਗਾ ਤਾਂ ਇਹ ਵਾਕਈ ਕੁਛ ਨਹੀਂ। ਅਤੇ ਇਸ ਕਰਕੇ ਤੁਹਾਨੂੰ ਅੱਜ ਇੱਕ ਬੜੀ ਇੰਟਰਸਟਿੰਗ ਜਿਹੀ ਚੀਜ਼ ਦੱਸਦੀ ਹਾਂ, ਅਤੇ ਜੇ ਗੱਲ ਕਰੀਏ ਤਾਂ ਇਹ ਬਹੁਤ ਇੱਕ ਡੀਪ ਥੋਟ ਹੈਗਾ, ਯਾਨੀ ਕਿ ਇੱਕ ਬਹੁਤ ਡੂੰਘੀ ਗੱਲ ਹੈਗੀ ਜੇ ਤੁਸੀਂ ਸਮਝ ਸਕੋ ਅਤੇ ਆਪਣੇ ਨਿਆਣਿਆਂ ਨੂੰ, ਆਪ ਆਪਣੇ ਬਜ਼ੁਰਗਾਂ ਨੂੰ ਅਤੇ ਆਪਣੇ ਆਪ 'ਤੇ ਵੀ ਇਹਨੂੰ ਅਪਲਾਈ ਕਰੋ। ਦੇਖੋ, ਜਦੋਂ ਸਾਡੇ ਘਰ ਦੇ ਵਿੱਚ ਫੋਰ ਇਗਜ਼ਾਮਪਲ ਕੋਈ ਮਹਿਮਾਨ ਆ ਜਾਂਦਾ, ਕੋਈ ਗੈਸਟ ਆ ਜਾਂਦਾ, ਤਾਂ ਅਸੀਂ ਉਹਨਾਂ ਦੀ ਕਿੰਨੀ ਆਓ ਭਗਤ ਕਰਦੇ ਹਾਂ, ਉਹਨਾਂ ਦੀ ਇੰਨੀ ਆਓ ਭਗਤ ਕਰਦੇ ਹਾਂ, ਕਦੀ ਉਹਨਾਂ ਨੂੰ ਅਸੀਂ ਕੋਲਡ ਡਰਿੰਕ, ਕਦੀ ਪਾਣੀ, ਕਦੀ ਨਿੰਬੂ ਪਾਣੀ, ਫਿਰ ਖਾਣਾ, ਫਿਰ ਲੰਚ, ਡਿਨਰ, ਜਿਸ ਖਾਣ ਦਾ ਵੀ ਟਾਈਮ ਹੁੰਦਾ ਆ, ਆਪਾਂ ਉਹਨਾਂ ਦੀ ਬਹੁਤ ਵਧੀਆ ਜਿਹੜੀ ਆਓ ਭਗਤ ਕਰੀਦੀ ਹੈ। ਅਤੇ ਉਹ ਮਹਿਮਾਨਾਂ ਨੂੰ ਇੱਦਾਂ ਲੱਗਦਾ ਆ ਕਿ ਇਹਨਾਂ ਦੇ ਘਰ ਜਾ ਕੇ ਤਾਂ ਸਾਨੂੰ ਬਹੁਤ ਵਧੀਆ ਵੈਲਕਮ ਮਿਲਦਾ ਆ, ਅਤੇ ਉਹ ਮਹਿਮਾਨ ਵਾਰ ਵਾਰ ਮੁੜ ਕੇ ਸਾਡੇ ਘਰ ਆਉਂਦੇ ਆ ਅਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਅਤੇ ਉਹਨਾਂ ਨੂੰ ਵੀ ਸਾਡੇ ਨਾਲ ਮਿਲ ਕੇ ਖੁਸ਼ੀ ਹੁੰਦੀ ਆ। ਹੁਣ ਤੁਸੀਂ ਇਹ ਸਮਝਦੇ ਹੋਵੋਗੇ ਕਿ ਕਿਉਂ ਮੈਂ ਤੁਹਾਨੂੰ ਇਹ ਅੱਜ ਗੈਸਟ ਮਹਿਮਾਨਾਂ, ਕੋਲਡ ਡਰਿੰਕ, ਪਾਣੀ, ਇਹ ਸਭ ਚੀਜ਼ਾਂ ਸੁਣਾ ਰਹੀ ਹਾਂ, ਤਾਂ ਇਹਦਾ ਮੈਨੂੰ ਦੱਸਣ ਦਾ ਜਿਹੜਾ ਮੋਟਿਵ ਆ ਉਹ ਇਹ ਹੈ ਕਿ ਜਿਹੜੀ ਬਿਮਾਰੀ ਹੈ ਨਾ, ਯਾਨੀ ਕਿ ਜਿਹੜਾ ਸਾਡਾ ਬੁਖਾਰ ਹੈ, ਸਾਡੇ ਇਨਫੈਕਸ਼ਨਸ ਹੈ, ਈਵਨ ਦੈਨ ਤੱਕ ਸਾਨੂੰ ਕੈਂਸਰ ਤੱਕ ਦੀ ਵੀ ਪ੍ਰੋਬਲਮ ਹੈਗੀ ਆ, ਅਤੇ ਉਹ ਅਸਲ ਦੇ ਵਿੱਚ ਉਹ ਮਹਿਮਾਨ ਹੀ ਹੈ। ਅਸੀਂ ਉਹਨਾਂ ਦੀ ਇੰਨੀ ਕੁ ਰਿਸਪੈਕਟ ਕਰ ਦਿੰਦੇ ਹਾਂ, ਇੰਨੀ ਕੁ ਉਹਨਾਂ ਦੀ ਆਓ ਭਗਤ ਕਰ ਦਿੰਦੇ ਹਾਂ ਕਿ ਜਿਹੜਾ ਬੁਖਾਰ ਹੈ, ਕੋਈ ਸਾਨੂੰ ਬਿਮਾਰੀ ਲੱਗ ਗਈ ਹੈ, ਉਹਦਾ ਇੰਨਾ ਅੱਛਾ ਵੈਲਕਮ ਹੁੰਦਾ, ਉਹ ਸੋਚਦਾ ਕਿ ਬਈ ਇਹ ਬੰਦਾ ਤਾਂ ਮੈਨੂੰ ਬੜਾ ਵਧੀਆ ਵੈਲਕਮ ਕਰਦਾ, ਹਰ ਟਾਈਮ ਮੈਨੂੰ ਲੈ ਕੇ ਹੀ ਬੈਠਾ ਰਹਿੰਦਾ, ਇਹਦੇ ਦਿਮਾਗ 'ਤੇ ਮੈਂ ਹੀ ਸਵਾਰ ਰਹਿੰਦਾ ਹਾਂ ਕਿ ਮੈਨੂੰ ਬੁਖਾਰ ਹੋ ਗਿਆ, ਮੈਨੂੰ ਤਕਲੀਫ ਹੈ, ਮੈਨੂੰ ਕਮਜ਼ੋਰੀ ਹੈ, ਮੈਨੂੰ ਆਹ ਹੋ ਗਿਆ, ਮੈਨੂੰ ਉਹ ਹੋ ਗਿਆ, ਤਾਂ ਕਿਉਂ ਨਾ ਮੈਂ ਇੱਥੇ ਹੀ ਬੈਠਾ ਰਹਾਂ, ਕਿਉਂਕਿ ਇਹ ਮੇਰੀ ਆਓ ਭਗਤ ਬਹੁਤ ਕਰਦਾ ਆ। ਜੇ ਬੁਖਾਰ ਹੋ ਗਿਆ ਤਾਂ ਫਟਾਫਟ ਅਸੀਂ ਗੋਲੀਆਂ ਖਾਣ ਲੱਗ ਜਾਂਦੇ ਹਾਂ, ਫਟਾਫਟ ਅਸੀਂ ਡਾਕਟਰ ਕੋਲ ਜਾ ਕੇ ਐਲੋਪੈਥੀ ਸੈਸ਼ਨ ਸ਼ੁਰੂ ਕਰ ਦਿੰਦੇ ਹਾਂ, ਅਤੇ ਉਸ ਚੀਜ਼ ਨੂੰ, ਉਸ ਬਿਮਾਰੀ ਨੂੰ, ਉਸ ਬੁਖਾਰ ਨੂੰ, ਉਸ ਵਾਇਰਲ ਇਨਫੈਕਸ਼ਨ ਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ ਤਾਂ ਮੇਰਾ ਵੈਲਕਮ ਬੜਾ ਵਧੀਆ ਕੀਤਾ, ਮੈਂ ਤਾਂ ਇੱਥੇ ਵਾਰ ਵਾਰ ਜਾਵਾਂਗਾ। ਸੋ ਇਸ ਕਰਕੇ ਇਹ ਬੜਾ ਵੱਡਾ ਥੋਟ ਹੈ, ਆਪਣੇ ਬੱਚਿਆਂ ਨੂੰ ਵੀ ਇਹੀ ਚੀਜ਼ ਸਮਝਾਓ ਕਿ ਜਿਹੜੀ ਨੈਗੇਟਿਵ ਚੀਜ਼ ਹੈ ਜਾਂ ਜਿਹੜੀ ਚੀਜ਼ਾਂ ਸਾਡੀ ਬਾਡੀ ਨੂੰ ਨਹੀਂ ਚਾਹੀਦੀਆਂ, ਉਹਦੀ ਇੰਨੀ ਆਓ ਭਗਤ ਨਹੀਂ ਕਰਨੀ। ਆਓ ਭਗਤ ਕੀ ਕਰਦੇ ਹਾਂ ਆਪਾਂ? ਹਰ ਟਾਈਮ ਉਹਨੂੰ ਸਿਰ 'ਤੇ ਸਵਾਰ ਰੱਖ ਕੇ ਬਹਿ ਜਾਂਦੇ ਕਿ ਮੈਨੂੰ ਇਹ ਹੋ ਗਿਆ, ਮੈਨੂੰ ਬੁਖਾਰ ਹੋ ਗਿਆ, ਮੈਨੂੰ ਆਹ ਹੋ ਗਿਆ, ਮੈਨੂੰ ਉਹ ਹੋ ਗਿਆ, ਤਾਂ ਫਿਰ ਉਹ ਚੀਜ਼ਾਂ ਜਿਹੜੀਆਂ ਆ ਉਹ ਸਾਡੇ ਨਾਲ ਹੀ ਰਹਿਣੀਆਂ ਸ਼ੁਰੂ ਕਰ ਦਿੰਦੀਆਂ ਆ। ਸੋ ਇਸ ਕਰਕੇ ਵਾਰ ਵਾਰ ਮੈਂ ਕਹਿੰਦੀ ਹਾਂ ਕਿ ਆਪਣੇ ਮਾਇੰਡ ਸੈਟ ਨੂੰ ਪੋਜ਼ਿਟਿਵ ਰੱਖੋ, ਇਹੀ ਕਹੋ ਆਲ ਇਜ਼ ਵੈਲ, ਆਲ ਇਜ਼ ਵੈਲ, ਇਫ ਆਲ ਇਜ਼ ਨੋਟ ਵੈਲ ਦੈਨ ਸੂਨ ਆਲ ਵਿਲ ਵੈਲ। ਸੋ ਇਹ ਜਿਹੜਾ ਸਾਡਾ ਮਾਇੰਡ ਸੈਟ ਆ, ਇੰਨਾ ਬੁਖਾਰ ਕਿ ਇੱਕ ਛੋਟੀ ਜਿਹੀ ਖਾਂਸੀ ਵੀ ਨਹੀਂ ਸਾਨੂੰ ਹੋ ਸਕਦੀ। ਸੋ ਇਸ ਕਰਕੇ ਪ੍ਰੋਬਲਮਸ ਆਉਂਦੀਆਂ, ਪਰ ਤਾਂ ਆਉਂਦੀਆਂ ਜੇ ਅਸੀਂ ਉਹਨੂੰ ਆਪਣੇ ਦਿਮਾਗ 'ਤੇ ਹਾਵੀ ਕਰ ਲਈਏ, ਨਹੀਂ ਤਾਂ ਵੱਡੇ ਤੋਂ ਵੱਡੇ ਕੈਂਸਰ ਤੱਕ ਦੀ ਪ੍ਰੋਬਲਮ ਨੂੰ ਵੀ ਅਸੀਂ ਸੋਲਵ ਕਰ ਸਕਦੇ ਹਾਂ। ਜੇ ਅਸੀਂ ਛੋਟੀਆਂ ਛੋਟੀਆਂ ਅਣਗਹਿਲੀਆਂ ਨਾ ਕਰੀਏ ਤਾਂ ਇੰਨੇ ਵੱਡੇ ਸਟੇਜ ਤੱਕ ਆਪਾਂ ਪਹੁੰਚ ਹੀ ਨਹੀਂ ਸਕਦੇ। ਜਿੱਦਾਂ ਕਈ ਵਾਰ ਸਾਨੂੰ ਇਹ ਹੁੰਦਾ ਕਿ ਲਾਸਟ ਸਟੇਜ ਦੀ ਕੈਂਸਰ ਹੈਗੀ ਆ ਜਾਂ ਲਾਸਟ ਸਟੇਜ ਦੀ ਇਹ ਬਿਮਾਰੀ ਹੈਗੀ ਆ, ਉੱਥੇ ਤੱਕ ਆਪਾਂ ਪਹੁੰਚਾਂਗੇ ਹੀ ਨਹੀਂ ਜੇ ਆਪਾਂ ਪਹਿਲਾਂ ਹੀ ਅਣਗਹਿਲੀਆਂ ਕਰਨੀਆਂ ਬੰਦ ਕਰ ਦਈਏ। ਸੋ ਅੱਜ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਸਾਡਾ ਇੱਕ ਫੋਕਸ ਪੁਆਇੰਟ ਸੀ ਉਹ ਇਹ ਸੀ ਕਿ ਬਿਮਾਰੀਆਂ ਦਾ ਸਵਾਗਤ ਨਾ ਕਰੋ, ਉਹ ਆਉਂਦੀਆਂ ਤਾਂ ਉਹਨਾਂ ਨੂੰ ਮਿੰਟੋ ਮਿੰਟੀ ਭਜਾ ਦਿਓ ਕਿ ਸਾਨੂੰ ਤੇਰੀ ਲੋੜ ਨਹੀਂ, ਅਸੀਂ ਤੇਰੀ ਡਿਸਰਿਸਪੈਕਟ ਕਰਦੇ ਹਾਂ, ਅਸੀਂ ਤੈਨੂੰ ਵੈਲਿਊ ਨਹੀਂ ਦਿੰਦੇ। ਜੇ ਅਸੀਂ ਉਹਨੂੰ ਵੈਲਿਊ ਦੇਣ ਲੱਗ ਜਾਂਦੇ ਹਾਂ, ਕੋਈ ਵੀ ਆਉਂਦਾ ਸੀ ਉਹਨੂੰ ਇਹ ਕਹਿ ਦਿੰਦੇ ਮੈਨੂੰ ਤਾਂ ਮਹੀਨਾ ਹੋ ਗਿਆ, ਆਹ ਹੋ ਗਿਆ, ਮੈਨੂੰ ਤਾਂ ਹਫ਼ਤਾ ਹੋ ਗਿਆ, ਖਾਂਸੀ ਨਹੀਂ ਹਟਦੀ, ਮੈਨੂੰ ਤਾਂ ਮਹੀਨਾ ਹੋ ਗਿਆ, ਬੁਖਾਰ ਨਹੀਂ ਹਟਦਾ, ਤਾਂ ਫਿਰ ਉਸ ਬੁਖਾਰ ਨੂੰ ਇਹ ਲੱਗਦਾ ਹੈ ਕਿ ਵਾਕਈ ਇੱਥੇ ਮੇਰੀ ਬਹੁਤ ਰਿਸਪੈਕਟ ਹੈ, ਤਾਂ ਇੱਥੇ ਹੀ ਬੈਠੇ ਰਹੋ। ਸੋ ਇਸ ਕਰਕੇ ਇਸ ਚੀਜ਼ ਨੂੰ ਆਪਣੇ ਦਿਮਾਗ 'ਚੋਂ ਕੱਢ ਦਿਓ, ਇਹ ਮਹਿਮਾਨ ਨੂੰ ਅਸੀਂ ਆਪਣੇ ਕੋਲ ਐਂਟਰੀ ਨਹੀਂ ਦੇਣੀ। ਸੋ ਮਿਲਦੇ ਹਾਂ ਫਿਰ ਤੋਂ ਬੜੇ ਵਧੀਆ ਜੀ ਇੰਟਰਸਟਿੰਗ ਜੇ ਸੈਸ਼ਨ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ।